ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾਤਰ ਵੱਸਦੀ ਹੈ ਅਤੇ ਦੁਨੀਆ ਦੇ ਵੱਖ ਵੱਖ ਖਿੱਤਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵੱਸਦੀ ਹੈ, ਹਿੰਦੁਸਤਾਨ 'ਚ ਵੀ ਸਾਰੇ 'ਚ ਵੱਸਦੀ ਹੈ। ਅਤੇ ਇਸ ਕੌਮ ਦੀਆਂ ਕੁਰਬਾਨੀਆਂ ਵੀ ਦੇਸ਼ ਲਈ ਬਹੁਤ ਨੇ, ਦੇਸ਼ ਲਈ ਵੀ ਬਹੁਤ ਨੇ, ਆਪਣੇ ਪੰਜਾਬ ਲਈ ਵੀ ਬਹੁਤ ਨੇ। ਪਰ ਜਿੰਨਾ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਜਿੰਨਾ ਇਸ ਕੌਮ ਨੇ ਦੇਸ਼ ਲਈ ਕੀਤਾ, ਪਤਾ ਨਹੀਂ ਤਾਂ ਕੋਈ ਸਾਡੇ ਲੀਡਰਾਂ ਦੇ ਵਿੱਚ ਨੁਕਸ ਰਿਹਾ ਉਹ ਨਹੀਂ ਲੈ ਸਕੇ, ਜੋ ਜਾਇਜ਼ ਗੱਲਾਂ ਵੀ ਸਨ ਸਿੱਖ ਕੌਮ ਦੀਆਂ ਉਹ ਵੀ ਮੰਨੀਆਂ ਨਹੀਂ ਗਈਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਉੱਤੇ ਬੈਠਣਾ ਪਿਆ, ਉਪਰਲੀਆਂ ਦੇਗਾਂ ਵਿੱਚ ਬੈਠਣਾ ਪਿਆ, ਤੱਤੀ ਰੇਤ ਸਿਰ ਦੇ ਵਿੱਚ ਪਾਉਣੀ ਪਈ, ਕੌਮ ਦੀ ਖਾਤਰ ਕੁਰਬਾਨੀ ਬਹੁਤ ਵੱਡੀ ਦੇਣੀ ਪਈ। ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਨੂੰ ਸ਼ਹਾਦਤ ਦਿੱਲੀ ਦੇ ਵਿੱਚ ਜਾ ਕੇ ਇਸ ਦੇਸ਼ ਦੇ ਧਰਮ ਦੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਦੇਣੀ ਪਈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਜੀ, ਪਿਤਾ ਜੀ, ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਪਿਆ ਸਿੱਖ ਕੌਮ ਦਾ। ਜੇ ਉਹਨਾਂ ਕੁਰਬਾਨੀਆਂ ਵੱਲ ਗਿਣਤੀ ਕਰੀਏ ਜਾਂ ਬੋਲੀਏ ਤਾਂ ਬਹੁਤ ਲੰਬਾ ਸਮਾਂ ਲੱਗ ਸਕਦਾ, ਦੱਸੀਆਂ ਨਹੀਂ ਜਾ ਸਕਦੀਆਂ ਇੰਨੀਆਂ ਜ਼ਿਆਦਾ ਕੁਰਬਾਨੀਆਂ ਨੇ। ਬੜੇ ਔਖੇ ਟਾਈਮ 'ਚ ਜਦੋਂ ਕਿ ਉਹਨਾਂ ਲੋਕਾਂ ਦਾ ਰਾਜ ਸੀ ਜਿਹੜੇ ਦਲੀਲ ਅਪੀਲ ਸੁਣਨ ਨੂੰ ਤਿਆਰ ਹੀ ਨਹੀਂ ਸੀ, ਬਸ ਜਿਹੜਾ ਉਹਨਾਂ ਦੇ ਖਿਲਾਫ਼ ਬੋਲਦਾ ਸੀ ਉਹਨਾਂ ਦਾ ਕਤਲਾਮ ਕਰ ਦਿਓ, ਮੁਕਾ ਦਿਓ ਜਿਵੇਂ ਹੋ ਸਕਦਾ। ਅਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਫਿਰ ਐਸਾ ਵੇਲਾ ਵੀ ਆਇਆ ਕਿ ਜਿੱਥੇ ਵੀ ਕਿਤੇ ਸਿੱਖਾਂ ਸਿੱਖ ਥਿਆਉਂਦੇ ਨੇ, ਭਾਵੇਂ ਥੋੜ੍ਹਾ ਜਿਹਾ ਚਿਰ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਵੀ ਗੁਰੂ ਸਾਹਿਬ ਨੇ ਭੇਜਿਆ, ਉਹਨਾਂ ਨੇ ਸਰਹੰਦ ਫਤਿਹ ਕੀਤੀ, ਉਹਨਾਂ ਦੇ ਸੁੱਖ ਦਾ ਸਾਥ ਥੋੜ੍ਹਾ ਜਿਹਾ ਚਿਰ ਕੌਮ ਨੂੰ ਆਇਆ, ਪਰ ਉਹ ਵੀ ਬੜਾ ਥੋੜ੍ਹਾ ਸਮਾਂ ਸੀ। ਉਸ ਤੋਂ ਬਾਅਦ ਤਾਂ ਸਿੱਖਾਂ ਦੇ ਉੱਤੇ ਸਮਝ ਲਓ ਇੱਕ ਕਿਸਮ ਦਾ ਬਿਪਤਾ ਦਾ ਪਹਾੜ ਹੀ ਟੁੱਟ ਪਿਆ। ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ, ਜਿੱਥੇ ਸਿੱਖ ਥਿਆਉਂਦਾ ਸਿਰ ਵੱਢ ਲਿਓ, ਪੈਸੇ ਲੈ ਲਓ, ਇੱਥੋਂ ਤੱਕ ਕਿ ਲੜਕੀਆਂ ਦੇ ਸਿਰ ਵੱਢ ਕੇ ਵੀ ਲੋਕਾਂ ਨੇ ਪੈਸੇ ਲੈਂਦੇ ਰਹੇ ਉਸ ਵੇਲੇ ਦੇ ਮੁਗਲ ਹਾਕਮਾਂ ਤੋਂ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਬਹੁਤ ਔਖਾ ਸਮਾਂ ਸੀ ਉਹਨਾਂ ਸਮੇਂ 'ਚ ਸਿੱਖਾਂ ਨੂੰ ਰੋਕ ਕੇ ਰਹਿਣਾ, ਕੋਈ ਟਿਕਾਣਾ ਨਹੀਂ ਸੀ ਪੱਕਾ, ਪਰ ਫਿਰ ਵੀ ਗੁਰੂ ਘਰ ਨਾਲ ਜੁੜੇ ਰਹੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਰਹੇ ਅਤੇ ਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਚਾਉਂਦੇ ਰਹੇ। ਇੰਨੇ ਤਸ਼ੱਦਦ ਮੈਨੂੰ ਨਹੀਂ ਲੱਗਦਾ ਜਾਂ ਯਹੂਦੀਆਂ ਨੇ ਝੱਲੇ ਆ, ਪਰ ਯਹੂਦੀਆਂ ਤੋਂ ਵੀ ਵੱਧ ਜਿਹੜੇ ਤਸ਼ੱਦਦ ਹੈ ਜਾਂ ਕੁਰਬਾਨੀਆਂ ਕੀਤੀਆਂ ਨੇ ਤਾਂ ਉਹ ਸਿੱਖ ਕੌਮ ਨੇ ਕੀਤੀਆਂ। ਇਹ ਐਡੀ ਬਹਾਦਰ ਕੌਮ ਹੈ। ਫਿਰ ਮਿਸਲਾਂ ਹੋਈਆਂ, ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, 40 ਵਰ੍ਹਿਆਂ ਦਾ ਰਾਜ, ਉਹ ਬਹੁਤ ਵਧੀਆ ਅਤੇ ਮਿਸਾਲੀ ਰਾਜ ਸੀਗਾ। ਪਰ ਸਿੱਖਾਂ ਦੀ ਬਦਕਿਸਮਤੀ ਕਹਿ ਲਓ ਜਾਂ ਮਹਾਰਾਜੇ ਤੋਂ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਹੈ, ਜਿਹੜਾ ਕਿ ਉਸ ਐਡੇ ਸ਼ਕਤੀਸ਼ਾਲੀ ਰਾਜ ਨੂੰ, ਜਿਹਤੋਂ ਅੰਗਰੇਜ਼ ਵੀ ਡਰਦੇ ਸੀ, ਅੰਗਰੇਜ਼ ਵੀ ਨੇੜੇ ਲੱਗਣ ਨੂੰ ਤਿਆਰ ਨਹੀਂ ਸੀ, ਉੱਥੇ ਕੋਈ ਆਪਣਾ ਯੋਗ ਵਾਰਸ ਆਪਣੇ ਜਿਉਂਦਿਆਂ ਜਿਉਂਦਿਆਂ ਪੈਦਾ ਨਹੀਂ ਕਰ ਸਕੇ। ਡੋਗਰੇ ਹਾਵੀ ਹੋ ਗਏ ਉਸ ਦੇ ਉੱਤੇ, ਤੇ ਡੋਗਰਿਆਂ ਨੇ ਸਾਰਾ ਹੀ ਉਹ ਰਾਜ ਜਿਹੜਾ ਐਡਾ ਸ਼ਕਤੀਸ਼ਾਲੀ ਰਾਜ ਸੀ, ਜਿਹਤੋਂ ਦੁਨੀਆ ਦੀ ਸਭ ਤੋਂ ਤਕੜੀ ਕੌਮ ਅੰਗਰੇਜ਼ ਵੀ ਡਰਦੀ ਸੀ, ਉਹ ਰਾਜ 8-10 ਸਾਲਾਂ ਦੇ ਵਿੱਚ ਬਿਲਕੁਲ ਮਿੱਟੀ 'ਚ ਮਿਲ ਗਿਆ ਅਤੇ ਸਾਡਾ ਪੰਜਾਬ ਹੈ ਜਿਹੜਾ ਇਹ ਵੀ ਅੰਗਰੇਜ਼ਾਂ ਦੇ ਰਾਜ ਗੁਲਾਮ ਹੋ ਗਿਆ। ਫਿਰ ਅਸੀਂ ਫਿਰ ਲੱਗੇ ਰਹੇ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਦੇ ਲਈ, ਅੰਗਰੇਜ਼ਾਂ ਨਾਲ ਵੀ ਲੜਦੇ ਰਹੇ, ਹਾਲਾਂਕਿ ਅੰਗਰੇਜ਼ਾਂ ਨੇ ਸੁੱਖ ਸਹੂਲਤਾਂ ਜ਼ਿਆਦਾ ਦਿੱਤੀਆਂ, ਸਿੱਖਾਂ ਕੌਮ ਨੂੰ ਸਹੂਲਤਾਂ ਵੀ ਦਿੱਤੀਆਂ, ਜ਼ਮੀਨਾਂ ਦੇ ਮੁਰੱਬੇ ਵੀ ਦਿੱਤੇ, ਫੌਜ ਦੇ ਵਿੱਚ ਭਰਤੀ ਵੀ ਦਿੱਤੀ, ਹੋਰ ਥਾਈਂ ਵੀ ਕੀਤਾ, ਕਾਫੀ ਵੱਡੇ ਅਹੁਦੇ ਵੀ ਸਿੱਖ ਕੌਮ ਨੂੰ ਦਿੱਤੇ ਗਏ। ਪਰ ਸਿੱਖ ਕੌਮ ਕਿਉਂਕਿ ਆਜ਼ਾਦੀ ਦੇ ਪ੍ਰਵਾਨੇ ਸੀ, ਇਹਨਾਂ ਨੂੰ ਆਜ਼ਾਦੀ ਦਾ ਬਹੁਤ ਚਾਅ ਸੀ, ਇਸ ਦੇਸ਼ ਦੀ ਆਜ਼ਾਦੀ ਦੇ ਲਈ ਵੀ ਬਹੁਤ ਵੱਡੀਆਂ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਜੇ 100 ਬੰਦਾ ਫਾਂਸੀ ਚੜਿਆ ਤਾਂ ਸਮਝ ਲਓ ਵੀ ਅਸੀਂ ਸਿੱਖ ਚੜੇ ਨੇ ਜਾਂ ਪੰਜਾਬੀ ਚੜੇ ਨੇ, ਜੇ ਜਾਇਦਾਦਾਂ ਕੁਰਕ ਹੋਈਆਂ ਤਾਂ ਉਹ ਵੀ ਪੰਜਾਬੀਆਂ ਦੀਆਂ ਹੋਈਆਂ ਨੇ, ਅਤੇ ਜੇ ਵੰਡ ਦਾ ਨੁਕਸਾਨ ਹੋਇਆ ਦੇਸ਼ ਦੀ ਦਾ ਉਹਦਾ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬੀਆਂ ਨੂੰ ਅਤੇ ਸਿੱਖ ਭਾਈਚਾਰੇ ਨੂੰ ਹੋਇਆ। ਸੋ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪਿਆ। ਜੇ ਇੱਧਰਲੇ ਪਾਸੇ ਆਏ ਤਾਂ ਇੱਥੇ ਵੀ ਜਿਹੜੀ ਗੌਰਮੈਂਟ ਬਣ ਗਈ ਉਹ ਵੀ ਇੱਕ ਕਿਸਮ ਦੀ, ਫਿਰ ਮੇਰੇ ਗੱਲ ਉਹੀ ਆਉਂਦੀ ਹੈ ਵੀ ਜਾਂ ਤਾਂ ਸਾਡੇ ਲੀਡਰ ਸਾਹਿਬਾਨ ਤੋਂ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ, ਜੋ ਅਸੀਂ ਆਪਣੀ ਗੱਲ ਸਮਝਾਉਣ ਦੇ ਵਿੱਚ ਠੀਕ ਨਹੀਂ ਬੈਠੇ, ਜਾਂ ਅਸੀਂ ਜ਼ਿਆਦਾ ਲੜਾਈਆਂ ਝਗੜਿਆਂ ਦੇ ਵਿੱਚ ਹੀ ਵਿਸ਼ਵਾਸ ਰੱਖਿਆ, ਅਸੀਂ ਬੈਠ ਕੇ ਗੱਲਬਾਤ ਕਰਨ ਦੇ ਤੌਰ 'ਤੇ ਕਿਸੇ ਮੌਕੇ 'ਤੇ ਕਾਮਯਾਬ ਨਹੀਂ ਹੋ ਸਕੇ ਕਿਸੇ ਗੱਲ 'ਤੇ ਵੀ,
ਜਿਹੜੀ ਸਾਡੀ ਜਿੰਨੀ ਸਾਡੀ ਕੁਰਬਾਨੀ ਸੀ ਜਿੰਨਾ ਅਸੀਂ ਕੀਤਾ ਸੀ ਉਹਦਾ ਭੋਰਾ ਮੁੱਲ ਨਹੀਂ ਪਿਆ, ਬਲਕਿ ਇੱਥੇ ਵੀ ਫਿਰ ਉਹੀ ਗੱਲਾਂ ਫਿਰ ਸਾਡੇ ਨਾਲ ਸਖਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਪੰਜਾਬੀ ਸੂਬਾ ਮੰਗਿਆ, ਉਹਨੂੰ ਵੀ ਸਿੱਖ ਸਟੇਟ ਦਾ ਨਾਂ ਦੇ ਦਿੱਤਾ ਗਿਆ। ਸਾਰੇ ਸੂਬਿਆਂ ਕੋਲ ਰਾਜਧਾਨੀ ਆਪਦੀ ਰਹਿੰਦੀ ਹੁੰਦੀ ਹੈ, ਪਰ ਸਾਡੀ ਰਾਜਧਾਨੀ ਵੀ ਖੋਲ੍ਹ ਲਈ, ਪਾਣੀ ਵੀ ਖੋਲ੍ਹਿਆ, ਪੰਜਾਬੀ ਬੋਲਦੇ ਇਲਾਕੇ ਵੀ ਖੋਲ੍ਹੇ। ਬੜੀ ਲੰਮਾ ਸੰਘਰਸ਼ ਕਰਨਾ ਪਿਆ ਪੰਜਾਬੀ ਸੂਬਾ ਲੈਣ ਦੀ ਖਾਤਰ, ਜਾਂ ਹਾਲਾਂਕਿ ਉਹ ਬੋਲੀ ਦੇ ਆਧਾਰ ਤੇ ਸੂਬਾ ਸੀ, ਕੋਈ ਸਿੱਖ ਸੂਬਾ ਨਹੀਂ ਸੀ ਮੰਗਦੇ, ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਮੰਗਦੇ ਸੀ। ਉਹਦੇ 'ਚ ਹੀ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ। ਬੜਾ ਔਖੇ ਸਮੇਂ ਆਏ ਫਿਰ ਆਪਣੇ ਹੱਕਾਂ ਦੇ ਲਈ, ਫਿਰ ਵੀ ਕਿਉਂਕਿ ਸਿੱਖ ਕੌਮ ਜਾਂ ਪੰਜਾਬੀ ਟਿਕਦੇ ਨਹੀਂ ਹੈਗੇ, ਆਪਣੇ ਹੱਕਾਂ ਲਈ ਲੜਦੇ ਰਹੇ। ਫਿਰ ਇਹੋ ਜਿਹੀਆਂ ਸਥਿਤੀਆਂ ਵੀ ਆਈਆਂ, ਪੰਜਾਬ ਦੇ ਵਿੱਚ ਫੌਜ ਦਾ ਹਮਲਾ ਹੋਇਆ, ਗੁਰੂ ਘਰਾਂ ਦੇ ਉੱਤੇ ਫੌਜ ਦੇ ਹਮਲੇ ਹੋਏ, ਖਾਲਸਾ ਝਟਾਤਾ ਫੌਜ ਨੇ, ਫਿਰ ਬਹੁਤ ਵੱਡਾ ਨੁਕਸਾਨ ਹੋਇਆ। ਇੰਦਰਾ ਗਾਂਧੀ ਮਾਰੀ ਗਈ, ਫਿਰ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡੇ ਪੈਮਾਨੇ ਤੇ ਕਤਲਾਮ ਕੀਤਾ ਗਿਆ। ਮੇਰਾ ਕਹਿਣ ਦਾ ਭਾਵ ਹੈ ਕਿ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਤੀਆਂ, ਇੰਨੀਆਂ ਕੁਰਬਾਨੀਆਂ ਕਰਤੀਆਂ ਸ਼ੁਰੂ ਤੋਂ ਲੈ ਕੇ, ਪਤਾ ਨਹੀਂ ਕਿਉਂ ਅਸੀਂ ਕੋਈ ਸਹੀ ਜਿਹੜੀ ਚੀਜ਼ ਸਾਡੀ, ਜੋ ਸਾਡਾ ਹੱਕ ਬਣਦਾ ਸੀ ਸਿਹਾ, ਅਸੀਂ ਉਹ ਲੈਣ ਦੇ ਵਿੱਚ ਕਾਮਯਾਬ ਨਾ ਹੋ ਸਕੇ। ਪਤਾ ਅਸੀਂ ਇਕੱਠੇ ਨਹੀਂ ਹੋਏ, ਪਤਾ ਨਹੀਂ ਸਾਡਾ ਕਿਤੇ ਨਾ ਕਿਤੇ ਅਸੀਂ ਮਾਰ ਜ਼ਰੂਰ ਖਾਂਦੇ ਰਹੇ ਇਸ ਗੱਲ ਦੇ ਵਿੱਚ, ਨਹੀਂ ਤਾਂ ਸਾਡਾ ਜਿੰਨੀਆਂ ਅਸੀਂ ਕੁਰਬਾਨੀਆਂ ਕੀਤੀਆਂ, ਚਾਹੇ ਦੇਸ਼ ਦੀ ਫੌਜ ਦੇ ਵਿੱਚ 1971 ਦੀ ਜੰਗ ਸੀ, ਚਾਹੇ 65 ਦੀ ਜੰਗ ਸੀ, ਚਾਹੇ 62 ਦੀ ਜੰਗ ਸੀ, ਉਹਦੇ 'ਚ ਵੀ ਵੱਡੀਆਂ ਕੁਰਬਾਨੀਆਂ ਸਿੱਖ ਕੌਮ ਦੀਆਂ ਆ ਅਤੇ ਪੰਜਾਬੀਆਂ ਦੀਆਂ ਨੇ, ਉਹਦੇ 'ਚ ਵੀ ਜ਼ਿਆਦਾ। ਪਰ ਸਾਨੂੰ ਹੱਕ ਫੇਰ ਨਾ ਮਿਲੇ, ਜੇ ਦੇਸ਼ ਭੁੱਖਾ ਮਰਦਾ ਸੀ, ਅਨਾਜ ਇੰਨਾ ਪੈਦਾ ਕਰਕੇ ਅਸੀਂ ਦਿੱਤਾ, ਅੱਜ ਵੀ ਦੇ ਰਹੇ ਹਾਂ, ਸਾਰੇ ਮੁਲਕ ਦਾ ਢਿੱਡ ਵੀ ਭਰਦੇ ਹਾਂ ਅਤੇ ਵਾਫਰ ਵੀ ਕਰਤਾ ਸੀ ਅਨਾਜ, ਪਰ ਉਹਦਾ ਵੀ ਸਾਨੂੰ ਕੋਈ ਪੂਰਾ ਮੁੱਲ ਨਹੀਂ ਮਿਲਦਾ ਵੀ, ਜਾਂ ਸਾਡੀ ਕੋਈ ਇੱਜ਼ਤ ਮਾਣ ਨਹੀਂ ਉਸ ਗੱਲ 'ਤੇ ਹੁੰਦਾ ਕਿ ਦੇਸ਼ ਲਈ ਇੰਨਾ ਕੁਛ ਕਰਦੇ ਨੇ। ਸੋ ਮੈਂ ਇੱਥੇ ਫਿਰ ਉਹੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ, ਜਾਂ ਤਾਂ ਦੇਸ਼ ਦੇ ਹਾਕਮ ਹੀ ਸਾਨੂੰ ਚੰਗਾ ਨਹੀਂ ਸਮਝਦੇ, ਅਤੇ ਜਾਂ ਦੇਸ਼ ਦੇ ਹਾਕਮਾਂ ਤੋਂ ਅਸੀਂ ਆਪਣੀ ਗੱਲ ਮਨਾਉਣ ਦੇ ਵਿੱਚ ਸਮਰੱਥ ਨਹੀਂ ਹੈਗੇ, ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ। ਅਸੀਂ ਉਹ ਗੱਲ ਜਿਹੜੀ ਕਿ ਬੜੇ ਪਿਆਰ ਨਾਲ ਬੈਠ ਕੇ ਕੀਤੀ ਜਾ ਸਕਦੀ ਹੈ, ਸਮਝਾਈ ਜਾ ਸਕਦੀ ਹੈ, ਸਾਰੇ ਇਕੱਠੇ ਹੋ ਕੇ, ਜਿਹੜੇ ਪੰਜਾਬ ਦੇ ਹੱਕ ਹੈ ਜਾਂ ਸਿੱਖ ਕੌਮ ਦੇ ਹੱਕ ਹੈ, ਉਹਨਾਂ ਨੂੰ ਤਾਂ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਮਤਭੇਦ ਭੁਲਾ ਕੇ ਇੱਕ ਦੂਜੇ ਨੂੰ ਉਹ ਜਾ ਕੇ ਗੱਲ ਤਾਂ ਕਰ ਸਕਦੇ ਹਾਂ, ਤਾਂ ਕਿ ਉਹਨਾਂ ਹਾਕਮ ਨੂੰ ਅਸੀਂ ਮਜਬੂਰ ਕਰ ਦਈਏ, ਉਹਨਾਂ ਨੂੰ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਉਹ ਮੰਨਣੀਆਂ ਪੈਣ। ਬਹੁਤੀਆਂ ਗੱਲਾਂ ਜਾਇਜ਼ ਨੇ, ਬਹੁਤੀਆਂ ਗੱਲਾਂ ਜਾਇਜ਼ ਨੇ, ਉਹ ਮੰਨਣੀਆਂ ਪੈਣ। ਅਤੇ ਪਰ ਕਿਉਂ ਅਸੀਂ ਪਤਾ ਨਹੀਂ ਕਿਉਂ ਲੜਨ ਦੇ ਵਿੱਚ ਅਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ, ਝਗੜਿਆਂ ਦੇ ਵਿੱਚ ਅਸੀਂ ਕਹਿੰਦੇ ਵੀ ਕੋਈ ਨਾ ਕੋਈ ਮੋਰਚਾ ਲਾ ਤਾ, ਕਦੇ ਕੁਛ ਕਰ ਲਿਆ, ਕਦੇ ਕੁਛ ਕਰ ਲਿਆ, ਪਰ ਪ੍ਰਾਪਤ ਨਹੀਂ ਹੋਇਆ। ਸੱਚੀ ਗੱਲ ਤਾਂ ਇਹ, ਸਿੱਖ ਕੌਮ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ, ਪ੍ਰਾਪਤੀ ਸਾਡੀ ਬਹੁਤ ਘੱਟ ਹੈ, ਘੱਟ ਕੇ ਨਾ ਮਾਤਰੀ ਹੈ। ਅਤੇ ਸਿਆਣੇ ਕਹਿੰਦੇ ਆ, ਲੀਡਰ ਸਿਆਣਾ ਕੌਮ ਦਾ ਉਹੀ ਹੁੰਦਾ ਜਿਹੜਾ ਪ੍ਰਾਪਤੀਆਂ ਵੱਧ ਕਰਕੇ ਦੇਵੇ ਅਤੇ ਨੁਕਸਾਨ ਕੌਮ ਦਾ ਘੱਟ ਕਰਾਵੇ, ਪਰ ਸਾਡੇ ਲੀਡਰਾਂ ਨੇ ਕੌਮ ਦਾ ਨੁਕਸਾਨ ਜ਼ਿਆਦਾ ਕਰਾਇਆ ਅਤੇ ਪ੍ਰਾਪਤੀਆਂ ਸਾਡੀਆਂ ਕੋਈ ਹੈ ਹੀ ਨਹੀਂ, ਜੇ ਅਸੀਂ ਸੱਚ ਪੁੱਛੋ ਤਾਂ ਕੋਈ ਪ੍ਰਾਪਤੀਆਂ ਹੈ ਹੀ ਨਹੀਂ। ਇਸੇ ਕਰਕੇ ਸਾਡੇ ਲੋਕ ਅੱਜ ਵਿਦੇਸ਼ਾਂ ਨੂੰ ਜਾਣ ਲੱਗ ਗਏ, ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਕੋਈ ਅਮਰੀਕਾ। ਪਹਿਲਾਂ ਤੋਂ ਰੁਝਾਨ ਕਾਫੀ ਚਿਰ ਤੋਂ ਅੰਗਰੇਜ਼ਾਂ ਵਾਲੇ ਤੋਂ ਹੀ ਲੱਗ ਗਏ ਸੀ ਜਾਣ, ਪਰ ਹੁਣ ਤਾਂ ਬੜੇ ਜ਼ੋਰ ਨਾਲ ਇਸ ਪੰਜਾਬ ਦੇ ਵਿੱਚੋਂ ਲੋਕ ਖਿੱਚ ਰਹੇ ਨੇ। ਸੋ ਇਹ ਸਾਡੇ ਵਾਸਤੇ, ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ। ਹੁਣ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਨੇ, ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਨੇ, ਇਹ ਨਹੀਂ ਮੈਂ ਕਹਿੰਦਾ, ਹੋ ਸਕਦਾ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ। ਹੁਣ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਇਹ ਗੱਲ ਮੇਰੀ ਲੋਕਾਂ ਨੂੰ ਠੀਕ ਨਾ ਲੱਗੇ, ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ, ਕਿਉਂਕਿ ਕਈਆਂ ਦੀ ਸੋਚ ਹੀ ਇਹੋ ਜਿਹੀ ਹੁੰਦੀ ਹੈ, ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਣੇ ਚਾਹੀਦੇ ਨੇ ਅਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮਨਾਉਣੇ ਚਾਹੀਦੇ ਨੇ। ਅਤੇ ਮੈਨੂੰ ਆਸ ਹੈ ਕਿ ਇੰਨਾ ਦਰਿਆਦਿਲ ਪ੍ਰਧਾਨ ਮੰਤਰੀ ਹੈ, ਇਹ ਮੰਨ ਸਕਦਾ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ, ਚਾਹੇ ਕਰਤਾਰਪੁਰ ਦਾ ਲਾਂਘਾ ਖਿਲਾ ਕੇ ਦਿੱਤਾ, ਚਾਹੇ ਸੁਲਤਾਨਪੁਰ ਲੋਧੀ ਸੀਗਾ ਸਾਡਾ, ਚਾਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਮਨਾਏ ਸੀਗੇ 450 ਸਾਲਾਂ, ਅਤੇ ਚਾਹੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਮਨਾਇਆ ਸੀਗਾ। ਇਹ ਸਾਰੀਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਕੋਈ ਵੀ ਦਿਨ ਤਿਉਹਾਰ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ, ਜਾਂਦੇ ਨੇ ਗੁਰੂ ਘਰ ਜਾ ਕੇ ਸੁਬਾਹ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ। ਅਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਟਨਾ ਸਾਹਿਬ ਗਏ ਨੇ,
ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ ਅਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ, ਰੋਟੀ ਬਣਾਉਣ ਦੀ ਸੇਵਾ ਕੀਤੀ, ਸਬਜ਼ੀ ਬਣਾਉਣ ਦੀ ਸੇਵਾ ਕੀਤੀ, ਵਰਤਾਉਣ ਦੀ ਸੇਵਾ ਕੀਤੀ। ਯਾਰ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀ ਖਾਨ ਕਹਾਉਂਦਾ ਹੈ, ਬਹੁਤ ਤਕੜਾ ਪ੍ਰਧਾਨ ਮੰਤਰੀ ਗਿਣਦਾ ਅਤੇ ਹੈ ਵੀ ਅੱਜ ਦੀ ਘੜੀ ਦੇ ਵਿੱਚ ਦੁਨੀਆਂ ਦੇ ਗਿਣਵੇਂ ਚੁਣਵੇਂ ਜਿਹੜੇ ਦੇਸ਼ ਹੈ ਉਹਨਾਂ 'ਚੋਂ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ। ਤੋ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜਿਹੀ ਕੌਮ ਹੈ ਆਪਾਂ ਉਹਦੇ ਨਾਲ ਵੀ ਨਹੀਂ ਖੜਨ ਨੂੰ ਤਿਆਰ, ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ, ਜਿਹਦੇ ਨਾਲ ਦੁਨੀਆਂ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵੱਧਦੀ ਹੈ, ਦੁਨੀਆਂ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ, ਆਹ ਵੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹ ਲੰਗਰ ਵਰਤਾਈ ਜਾਂਦਾ, ਸਬਜ਼ੀ ਬਣਾਈ ਜਾਂਦਾ, ਰੋਟੀਆਂ ਬਣਵਾਈ ਜਾਂਦਾ। ਇਹ ਕਿੱਡੀ ਵੱਡੀ ਗੱਲ ਹੈ, ਜਦੋਂ ਦੁਨੀਆਂ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਣ ਸਤਿਕਾਰ ਉਹਨਾਂ ਦੇਸ਼ਾਂ ਵਿੱਚ ਵੀ ਵਧੇਗਾ ਕਿ ਉਹਨਾਂ ਦੇ ਲੰਗਰ ਦੀ ਇੰਨੀ ਵੱਡੀ ਮਹੱਤਤਾ, ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ। ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੰਨਾ ਇਹ ਆਪਣੇ ਕੀਤਾ। ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਵੋਟਾਂ ਜ਼ਿਆਦਾ ਨੇ ਕਿ ਉਹਨੂੰ ਵੋਟਾਂ ਦਾ ਲਾਲਚ, ਆਪਣੀਆਂ ਤਾਂ ਵੋਟਾਂ ਕੁਛ ਵੀ ਨਹੀਂ ਹੈਗੀਆਂ, ਕੋਈ ਗਿਣਤੀ 'ਚ ਨਹੀਂ ਆਉਂਦੀਆਂ ਕਿਸੇ 'ਚ, ਅਤੇ ਨਾ ਕਿਹੜਾ ਆਪਾਂ ਕਿਹੜੇ ਇਕੱਠੇ ਪਾਉਂਦੇ ਹਾਂ, ਆਪਾਂ ਤਾਂ ਪਤਾ ਨਹੀਂ ਕੋਈ ਕਿਤੇ ਪਾਉਂਦਾ ਕੋਈ ਕਿਤੇ ਪਾਉਂਦਾ। ਸੋ ਇਸ ਕਰਕੇ ਵੇਲਾ ਹੈ, ਹੁਣ ਵੇਲਾ ਸਾਰੇ ਆਪਣਾ ਆਪਣਾ ਰੱਖੋ, ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ, ਜਿੱਥੇ ਮਰਜ਼ੀ ਰਹੋ, ਕੋਈ ਕਿਸੇ 'ਚ ਰਹੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ, ਸਿੱਖ ਕੌਮ ਦੇ ਮਸਲੇ ਨੇ, ਬੜੇ ਗੰਭੀਰ ਮਸਲੇ ਨੇ ਕਿ ਸਿੱਖ ਕੌਮ ਦੇ, ਪੰਜਾਬ ਦੇ ਪਾਣੀ ਦਾ ਮਸਲਾ ਹੈ, ਚੰਡੀਗੜ੍ਹ ਦਾ ਮਸਲਾ ਹੈ, ਨਾਲ ਸਿੱਖ ਕੌਮ ਦੇ ਮਸਲੇ ਨੇ, ਸ਼੍ਰੋਮਣੀ ਕਮੇਟੀ ਦੇ ਮਸਲੇ ਨੇ, ਗੁਰੂ ਘਰਾਂ ਦੇ ਮਸਲੇ ਨੇ, ਉਹ ਸਾਰੇ ਆਓ ਬੈਠ ਕੇ ਉਹਦੇ ਕੋਲ ਰੱਖ ਕੇ ਪਿਆਰ ਦੇ ਨਾਲ, ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪਾਏ ਦੀ ਕਮੇਟੀ ਬਣਾ ਕੇ ਜਿਹਦੇ 'ਚ ਸਾਰਿਆਂ ਨੂੰ ਸਤਿਕਾਰ ਦੇਈਏ, ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਤਾਂ ਮੈਨੂੰ ਲੱਗਦਾ ਇਹ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ। ਇਹ ਛੱਡ ਦਈਏ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ, ਇਹ ਕਹੀਏ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ, ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ, ਸਾਰਿਆਂ ਨੂੰ ਨਾਲ ਲੈ ਕੇ ਜੇ ਮੋਦੀ ਸਾਹਿਬ ਕੋਲ ਚੱਲੀਏ, ਉਹਨਾਂ ਨੂੰ ਦਲੀਲ ਨਾਲ ਬਿਠਾ ਕੇ ਗੱਲ ਕਰੀਏ, ਜਿਵੇਂ ਸਾਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀਰ ਬਾਲ ਦਿਵਸ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਮਨਾਇਆ, ਕਿੱਡੀ ਵੱਡੀ ਗੱਲ ਗਈ, ਬਾਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਹਿਬਜ਼ਾਦੇ ਕੌਣ ਹੁੰਦੇ, ਬਹੁਤੇ ਸੂਬੇ ਤਾਂ ਪਤਾ ਹੀ ਨਹੀਂ ਸੀ, ਅਤੇ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ, ਬਾਹਰਲੇ ਰਾਜਦੂਤਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ। ਸੋ ਚੰਗੀ ਗੱਲ ਕੀਤੀ ਹੈ, ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ, ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ, ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ। ਗੁਰੂ ਘਰ ਤੋਂ GST ਹਟਾਈ ਹੈ, ਉਹ ਲੰਗਰਾਂ ਤੋਂ, ਉਹ ਵੀ ਚੰਗੀ ਗੱਲ ਸੀ, ਬਾਹਰੋਂ ਦਾਨ ਆਉਂਦਾ ਸੀ ਉੱਥੇ ਟੈਕਸ ਲੱਗਦਾ ਸੀ ਉਹ ਬੰਦ ਕੀਤਾ, ਉਹ ਚੰਗੀਆਂ ਗੱਲਾਂ ਕੀਤੀਆਂ ਨੇ, ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ, ਸ਼ਾਬਾਸ਼ ਦੇ ਦਿਆ ਕਰੀਏ, ਕੋਈ ਹਰਜ ਨਹੀਂ, ਆਪਣਾ ਲੱਗਦਾ ਕੁਛ ਨਹੀਂ, ਹੋਰ ਫੈ ਰਾਹ ਖੁੱਲ੍ਹ ਜਾਂਦੇ ਨੇ, ਅਤੇ ਜੇ ਆਪਾਂ ਮੂੰਹੋਂ ਕੁਛ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ, ਇਹਨਾਂ 'ਤੇ ਕੋਈ ਫਾਇਦਾ ਤਾਂ ਹੈ ਨਹੀਂ, ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ, ਇਹਨਾਂ ਨੇ ਕਦੇ ਸਲਾਹੁਣਾ ਤਾਂ ਹੈ ਨਹੀਂ। ਸੋ ਇੰਨਾ ਵੀ ਵੱਡਾ ਦਿਲ ਰੱਖਿਆ ਕਰੀਏ ਯਾਰ, ਵਾਲਾ ਨਾ ਛੋਟਾ ਦਿਲ ਰੱਖਿਆ ਕਰੀਏ, ਇਹ ਗੱਲਾਂ ਕਰਦਿਆ ਕਰੀਏ, ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸਾਡਾ ਚੰਗਾ ਹੋਵੇ, ਸਾਡਾ ਭਵਿੱਖ ਚੰਗਾ ਹੋਵੇ। ਅਸੀਂ ਛੋਟੀ ਜਿਹੀ ਕੌਮ ਹੈ, ਗੁਰੂਆਂ ਨੇ ਸਾਨੂੰ ਸ਼ਕਤੀਆਂ ਬਖਸ਼ੀਆਂ ਨੇ, ਗੁਰੂਆਂ ਦਾ ਸਿਰ ਤੇ ਸਾਡੇ ਹੱਥ ਆ ਉਹ ਮੈਂ ਮੰਨਦਾ, ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਾਂ ਦੇਸ਼ ਦੇ ਵਿੱਚ ਤੇਰਾ ਅੱਜ ਵੱਡੀ ਧਿਰ, ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜ਼ਿਆਦਾ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ। ਲੜਾਈ ਝਗੜੇ ਅਸੀਂ ਬਹੁਤ ਕਰਕੇ ਵੇਖ ਲਏ, ਸਾਡੇ ਪਿਛਲਿਆਂ ਨੇ ਬਹੁਤ ਕਰਕੇ ਵੇਖ ਲਏ, ਉਹ ਵੀ ਸਾਨੂੰ ਪ੍ਰਾਪਤੀਆਂ ਨਹੀਂ ਹੋਈਆਂ। ਆਓ ਹੁਣ ਦੂਜਾ ਰਾਹ ਅਪਣਾ ਕੇ ਵੇਖ ਲਈਏ, ਸ਼ਾਇਦ ਜੋ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ, ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ। ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜ਼ਰੂਰ ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ, ਉਹਦੇ ਲਈ ਮੈਂ ਖਿਮਾ ਚਾਹੁੰਦਾ, ਅਤੇ ਮੈਂ ਆਸ ਕਰਦਾ ਕਿ ਆਓ ਰਲ ਮਿਲ ਕੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ ਜਿਹਦੇ 'ਚ ਕੰਮ ਕਰਨ ਦੀ ਸਮਰੱਥਾ ਵੀ ਹੈ, ਫੈਸਲਾ ਕਰਨ ਦੀ ਸਮਰੱਥਾ ਵੀ ਹੈ, ਅਤੇ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ, ਆਪਾਂ ਸਾਰੇ ਮਨਾਉਣ ਦੀ ਕੋਸ਼ਿਸ਼ ਕਰੀਏ, ਵਧੀਆ ਇੱਕ ਮੈਮੋਰੈਂਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ, ਜਿਹੜਾ ਦਲੀਲ ਰਹਿਤ ਹੋਵੇ, ਉਹਦੇ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ, ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲ ਚੱਲੀਏ ਵੋਟਾਂ ਤੋਂ ਬਾਅਦ, ਅਤੇ ਆਪਣੀਆਂ ਜਿਹੜੀਆਂ ਜਾਇਜ਼ ਗੱਲਾਂ ਉਹ ਮਨਵਾਈਏ, ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀਆਂ ਉਹਦਾ ਧੰਨਵਾਦ ਵੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।